हाँ मैम ने गल करवा दी रही दो राशन राशन लगा तुम की कहने बेटी की फीस की कर दी है बेटी किन्ने चिर एडमिशन हो कितनी फीस है महीने की कौन कौन है घर चे कली है ना बेटी है कली तुसी कमाने की काम करते करता करते कोई जमीन जायदाद अच्छा अच्छा तो बेटी है ना तो बेटी सिलाई वो कर दी फैशन ने किन्ना चिर हो गया तुहानू राशन मिलदे नू 16 च लगा जी तुहानू चलो कोई नहीं फीस दा लिखा दो 15 किन्नी किया तुसी 15 अच्छा उदा बस लगी हुआ आईटीआई तुहाडे उत्थे नहीं हैगी लिखाओ हाँ भैन तू बेटी इदा कर तू कॉलेज का नंबर दे सानू उत्थे सीधी फीस धरिया करूगी फीस तो रसीद देंगे तुहानू कोई चक्कर हाँ मैम ने गल करवा दी रसीद दोगे इदा कि देंगे कोई देंगे रसीद हाँ जी हाँ जी की कहने तुम बच्चे का दसो आ जाओ बैठो कि पिंड बार कि मतलब लवा दांगे कोई गल कर दे फार्म भर दे फिर कर लांगे भेज जल्दी लावांगे मत रह लांगे कोई देर ले चलो जान लगे फार्म भर के ले जाओ फार्म भर के दो हाँ जी माता जी हाँ जी होर सुना सिलेंडर मुक्या किन्ने दिन हो गए माता नूं सिलेंडर दे दित्ते नूं पैसे दे दे फिर दे ले ला माता हाँ बाहरों ले ला हाँ जी हाँ जी हाँ जी अच्छा जी अच्छा जी केड़ा पिंड तुहाडा सुमला बंडूरी हाँ जी की दसो की कहने की कहना लेना तुसी राशन लई फार्म भर राशन लई तुसी पैण फार्म भर दो फार्म भर के फिर सानू जमा कराओ फिर तुहाडी इनक्वायरी होगी घर दी फिर असी देख लांगे किदां है ना जे योग होए तो फिर उस हिसाब नाल कर लांगे उहदियां कुछ शर्तां हुंदियां भैण शर्तां देख के फिर तुहानू लगदा फार्म लै जाओ बाहरों फार्म हाँ जी लगना वो दस देंगे तुम पिंड के सरपंच के सैन होने लै जाओ हाँ जी लै बार की है मैं अच्छा अच्छा हाँ जी मिल हाँ जी हाँ पहले आ लेना हाँ जी हाँ जी बैठो भैन बैठो की कहने हाँ जी फार्म बाहरों मिलने भैन बाहरों नहीं तुहानू पता तो बाहरों लै दो हाँ जी नहीं फार्म भरो तुहानू पता प्रोसैस का है तो है फार्म भरो इनक्वायरी होगी फिर उस तो बाद डिसाइड होना ना तुसी बाहरों लै लो भैन ठीक ठीक
ਮੇਰੀ ਅੱਖ ਦੀ ਨਿਗਾ ਬਿਲਕੁਲ ਹੈ ਨਹੀਂ ਹੁਣ ਜਦ ਰੋਟੀ ਵੀ ਨਹੀਂ ਪਕਾ ਸਕਦੀ ਤੂੰ ਅਬ ਕੀ ਦੱਸ ਕੇ ਕਰਾਉਣਾ ਪ੍ਰੇਟ ਕਰਾਉਣਾ ਪ੍ਰੇਟ ਹੋਣਾ ਦੇਖੋ ਚੈੱਕ ਪਾਉਣਾ ਪਹਿਲਾਂ ਚੈੱਕ ਕਰਵਾ ਕੇ ਮੇਰੇ ਉਹ ਪੈਣਾ ਲੈਂਚ ਕੋਈ ਲੈਂਚ ਪਾ ਦਨੇ ਆ ਕਰਾ ਦਿਓ ਕੰਮ ਕਰਾ ਦਨੇ ਆ ਕਰਵਾ ਦੋ ਮਾ ਪਾਪਾ ਜੀ ਉੱਥੇ ਬੇਵਦਾ ਹਸਪੀਟਲ ਆ ਜਾ ਕੱਲ ਨੂੰ ਆ ਜਾ ਮਾਤਾ ਕੱਲ ਨੂੰ ਆ ਜਾ ਕੱਲ ਨੂੰ ਪਹਿਲਾਂ ਪੁੱਛ ਨੰਬਰ ਕਰ ਲਖਾ ਮਾਤਾ ਇਹ ਤਾਂ ਕਰਵਾ ਦੋ ਮਾਤਾ ਦਾ ਯਾਰ ਹਾਂਜੀ ਕਿਹੜਾ ਪਿੰਡ ਤੁਹਾਡਾ ਹਾਂਜੀ ਕੀ ਕੰਮ ਕਰ ਕਿਹੜਾ ਨਾਂ ਤੁਹਾਡਾ ਨਾਮ ਕੀ ਅੱਛਾ ਦੌਰੇ ਪੈਂਦੇ ਤੇ ਤੁਸੀਂ ਆਂਗਨਵਾੜੀ 'ਚ ਵੀ ਲੱਗਿਆ ਰਕੇਸ਼ ਦੇ ਵੀ ਤਾਂ ਚਲੋ ਕੌਣ ਕਹਿੰਦਾ ਨਹੀਂ ਮਿਲਣਾ ਇਨਕੁਆਇਰੀ ਹੋਈ ਐਤਕੀ ਤੁਹਾਡੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮਤਲਬ ਅਪਰੇਟ ਦਾ ਚੈੱਕਅਪ ਦਾ ਦੀਦਾ ਨੀ ਚੈੱਕਅਪ ਕਰਵਾ ਕੇ ਅਪਰੇਟ ਹੋਣਾ ਲੈਂਜ ਪਊ ਪਾਇਆ ਸੀ ਅੱਗੇ ਫੇਰ ਕਾਹਤੋਂ ਨੀ ਬਣੀ ਅੱਖ ਕਿਤੋਂ ਪਵਾਇਆ ਚੱਲ ਤੇ ਟਾਂਡੇ ਪਵਾ ਦਿੰਦੇ ਆ ਪਵਾ ਦੋ ਮਾਤਾ ਦੇ ਤਾਂ ਦੋਨਾਂ ਦਾ ਲਿਖ ਲਓ ਮਾਤਾ ਦਾ ਘਰੋਂ ਚੱਕ ਲਓ ਮਾਤਾ ਨੂੰ ਇਹਨੂੰ ਚੱਕ ਕੇ ਤੇ ਦੋਨਾਂ ਨੂੰ ਅਪਰੇਟ ਕਰਵਾ ਦਿਓ ਪਰ ਚੈੱਕਅਪ ਕਰਵਾ ਲਓ ਪਹਿਲਾਂ ਚੈੱਕਅਪ ਕਰਵਾ ਕੇ ਮੁੜ ਕੇ ਬਣਾ ਦਿਓ ਲਿਖ ਲਾ ਮਾਤਾ ਲਿਖਾ ਨਾ ਇੱਕ ਦੋ ਦਿਨਾਂ ਦੇ ਤੈਨੂੰ ਉੱਥੋਂ ਲੈ ਜਾਂਦੇ ਆ ਤੈਨੂੰ ਘਰੋਂ ਹੀ ਲੈ ਜਾਊਗਾ ਸੋਨੂੰ ਇੱਥੇ ਪਿਆ ਹੁਣ ਇੱਕ ਦੇ ਦੇ ਜਿਹੜਾ ਚੱਲਦਾ ਲੈ ਜਾ ਲੈ ਜਾ ਜਦੋਂ ਇੱਕ ਜਿਹੜਾ ਚੱਲਦਾ ਹੈਗਾ ਉਹ ਤੋਂ ਪਿਆ ਲੈ ਜਾ ਲੈ ਜਾ ਲੈ ਜਾ ਨਾਲ ਲੈ ਜਾ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਮਤਲਬ ਕਿ ਮੈਂ ਹੁਣ ਰਾਸ਼ਨ ਬੰਦ ਕਰਾ ਦੇਣਾ ਅੱਛਾ ਸਰਕਾਰ ਵੱਲ ਦੀ ਬੇਟੀ ਜਾਂਦੀ ਹੈ ਕੰਮ ਅੱਛਾ ਅੱਛਾ ਆਪਣਾ ਪਿੰਡ ਕਿਹੜਾ ਹੈ ਅਜੇ ਗੜਦੀ ਵਾਲਾ ਹੀ ਆ ਅੱਛਾ ਗੜਦੀ ਵਾਲਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕਿੰਨਾ ਚਿਰ ਹੋ ਗਿਆ ਤੁਹਾਡਾ ਰਾਸ਼ਨ ਮਿਲਦਿਆਂ ਨੂੰ ਰਾਸ਼ਨ ਮਿਲਦਾ ਰਿਹਾ ਨਾ 2015 ਤੋਂ ਲੱਗਾ ਤੁਹਾਨੂੰ ਚਲੋ ਨਹੀਂ ਨਹੀਂ ਧੰਨਵਾਦ ਉੱਥੇ ਭੈਣ ਕਾਹਦਾ ਚਲੋ ਹਾਂਜੀ ਹਾਂਜੀ ਬੱਚੇ ਛੋਟੇ ਸੀ ਉਦੋਂ ਜ਼ਿਆਦਾ ਲੋੜ ਸੀ ਉਦੋਂ ਹਾਂਜੀ ਹਾਂਜੀ ਨਹੀਂ ਕੋਈ ਨੀ ਭੈਣ ਚਲੋ ਬਹੁਤ ਵਧੀਆ ਹੁਣ ਠਰਦਾ ਠੀਕ ਆ ਪਰਮਾਤਮਾ ਦੀ ਕਿਰਪਾ ਚਲੋ ਇਹੀ ਰਾਸ਼ਨ ਪੈਣ ਕਿਤੇ ਹੋਰ ਨੂੰ ਚੱਲ ਜਾਂਦਾ ਨਾ ਆਹ ਦੇ ਦੇ ਭੈਣ ਜਿਹੜੀ ਆਈ ਆ ਉਹਨਾਂ ਨੂੰ ਦੇ ਦਿਓ ਰਾਸ਼ਨ ਇਹੀ ਰਾਸ਼ਨ ਭੈਣ ਦਾ ਭੈਣ ਦੇ ਇੱਥੋਂ ਦਵਾ ਉਹ ਉਹ ਭੈਣ ਦੇ ਇੱਥੋਂ ਤੋਂ ਰਾਸ਼ਨ ਦਵਾ ਉਹ ਭੈਣ ਨੂੰ ਜਿਹੜੀ ਆਈ ਆ ਭੈਣ ਨੂੰ ਕੋ ਦਵਾ ਕਿੱਥੇ ਅੱਛਾ ਅੱਛਾ ਜੀ ਹੱਡੀਆਂ ਵਾਲੇ ਦੇ ਹਾਂ ਉਹ ਕੀ ਲੈਂਦਾ ਉਹ ਫੀਸ ਲੈਂਦਾ ਪੈਸੇ ਚਾਹੀਦੇ ਪੈਸੇ ਕੀ ਕੋਈ ਨੀ ਉਹਦੇ ਦਵਾਈ ਤੁਸੀਂ ਲਿਆ ਕੇ ਦੇ ਦਿਓ ਉਹਨੇ ਦਵਾਈ ਤੈਨੂੰ ਲੈ ਦਾਂਗੇ ਉਹਨੂੰ ਉਹਦੇ ਕੋਲੋਂ ਠੀਕ ਆ ਦਵਾਈ ਲੈ ਦਾਂਗੇ ਤੈਨੂੰ ਉਹਦੇ ਕੋਲ ਹਾਂ ਰੱਖੋ ਤੁਸੀਂ ਉੱਥੇ ਆਪਣਾ ਰੱਖੋ ਨਾ ਰਾਸ਼ਨ ਲੈ ਕੇ ਜਾਓ ਤੁਸੀਂ ਆਹ ਦੇ ਆਪਣੇ ਹੱਥੀ ਦੇ ਆਹ ਭੈਣ ਭੈਣ ਨੇ ਆਪਣਾ ਅੱਜ ਆਪ ਕਿਹਾ 2015 ਤੋਂ ਰਾਸ਼ਨ ਲੈ ਰਹੀ ਸੀ ਅਤੇ ਅੱਜ ਆਪ ਆਣ ਕੇ ਕਿਹਾ ਮੇਰੇ ਬੱਚੇ ਹੁਣ ਵੱਡੇ ਹੋ ਗਏ ਆ ਵੀ ਭਾਅ ਜੀ ਮੇਰਾ ਹੁਣ ਸਰਦਾ ਵੀ ਮੈਂ ਮੇਰਾ ਰਾਸ਼ਨ ਕਿਸੇ ਹੋਰ ਨੂੰ ਤੁਸੀਂ ਦੇ ਸਕਦੇ ਆ ਆ ਮਾਤਾ ਦੇ ਨਾਂ ਕੀ ਭੈਣ ਕੀ ਆ ਬੱਚੇ ਹੈ ਨਹੀਂ ਬੱਚੇ ਵੀ ਹੈ ਘਰ ਵਾਲਾ ਵੀ ਇਕੱਲੇ ਹੀ ਰਹਿੰਦੀ ਹੈ ਇਕੱਲੀ ਰਹਿੰਦੀ ਹੈ ਕਿਹੜਾ ਪਿੰਡ ਆ ਫਤਿਹਪੁਰ ਪਿੰਡ ਤੋਂ ਮਾਤਾ ਆ ਨਾਂ ਉਹਦੇ ਅੱਗੇ ਅੱਖਾਂ ਤੋਂ ਵੀ ਦਿਖਾਈ ਘੱਟ ਦਿੰਦਾ ਇਹ ਰਾਸ਼ਨ ਇਸ ਭੈਣ ਨੇ ਆਪਣਾ ਇਹੀ ਹੁੰਦੀ ਗੱਲ ਵੀ ਇਨਸਾਨੀਅਤ ਵੀ ਆਪਾਂ ਇੱਕ ਦੂਜੇ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਭੈਣੇ ਆਹ ਭੈਣ ਦਾ ਬੰਦ ਹੋਇਆ ਅਤੇ ਆਪਾਂ ਭੈਣ ਇਹਨੂੰ ਦਊਗੀ ਹੁਣ ਭੈਣੇ ਦੇ ਮਾਤਾ ਇਹੀ ਅਸੀਂ ਇਹੀ ਅਪੀਲ ਕਰਦੇ ਵੀ ਲੋੜਵੰਦ ਬਹੁਤ ਪਰਿਵਾਰ ਇਹੋ ਜਿਹੇ ਹੈਗੇ 900 ਸਾਡੇ ਕੋਲ ਐਪਲੀਕੇਸ਼ਨ ਪਈ 900 ਅਤੇ ਇਸ ਕਰਕੇ ਦੋਨੇ ਲੋੜਵੰਦ ਸੀ ਭੈਣ ਦੀ ਹੁਣ ਲੋੜ ਖਤਮ ਹੋ ਗਈ ਮਾਤਾ ਹੁਣ ਆਈ ਆ ਇਹਨੂੰ ਨਵੇਂ ਸਿਰੋਂ ਲੱਗੂ ਆਪਣਾ ਰਾਸ਼ਨ ਭੈਣ ਉਹਨੂੰ ਲਾਊਗੀ ਠੀਕ ਆ ਭੈਣ ਫਾਰਮ ਭਰ ਜੂਗਾ ਇਨਕੁਆਇਰੀ ਹੋ ਜੂਗੀ ਹੋ ਕੇ ਤਾਂ ਇਹਦਾ ਲੱਗ ਜੂਗਾ ਠੀਕ ਹੈ ਭੈਣ ਧੰਨਵਾਦ ਵਾਹਿਗੁਰੂ ਖਾਲਸਾ ਜੀ